सात संग जी मन बिरती एकाग्र कर लई, रसना पवित्र कर लई, सब काज के आखो तन श्री सतगुरु जगजीत सिंह जी। शुरू हो गया तो उन्होंने
ਹਰਿਆਣੇ ਪਿੰਡ ਹੈ। ਜਦੋਂ ਪਿੰਡ ਸੀ ਪਿੱਛੇ ਤੇ ਉਹਦਾ ਦੂਜੇ ਕਤਲ ਦਾ ਕੇਸ ਬਣ ਗਿਆ, ਉਹ ਕਾਰਕੋਟ ਵੀ ਬਚਾ ਗਿਆ। ਉਸਦੇ ਦੱਸਣ ਅਨੁਸਾਰ ਉਸਦੇ ਕੰਨਾਂ ਵਿੱਚ ਕਾਰ ਦੀ ਆਵਾਜ਼ ਪਈ, ਜਿਹੜੀ ਜੇਲ ਦੇ ਕੰਧ ਦੇ ਬਾਹਰਲੇ ਪਾਸੇ ਆਵਾਜ਼ ਆਈ ਕਾਰ। ਥੋੜ੍ਹੇ ਚਿਰ ਬਾਅਦ ਉਹਨੂੰ ਆਪਣੇ ਬੂਹੇ ਦੇ ਸਰੂਪ ਪ੍ਰਤਾਪ ਸੱਚੇ ਪਾਤਸ਼ਾਹ ਦਾ ਦਰਸ਼ਨ ਹੋਇਆ, ਉਹਨਾਂ ਸਿੱਖਾਂ ਦੇ ਜਿਹੜੇ ਦਰਸ਼ਨ ਹੋਇਆ ਤੇ ਉਹਦੇ ਦਰਸ਼ਨ ਮੁਤਾਬਕ ਇਹ ਜੇ ਜਿਮਦਾ ਹੈ ਉਹਨੂੰ ਜਿਹਦੀ ਮਰਜ਼ੀ ਪੁੱਛ ਲਿਆ ਜਾ। ਮੈਂ ਆਖਿਆ ਸੱਚੇ ਪਾਤਸ਼ਾਹ ਪਤਲੇ ਜਿਹੇ ਹੋ ਗਏ, ਸਿੱਖਾਂ ਨੇ ਵੀ ਲਾ ਕੇ ਅੰਦਰ ਆ ਗਿਆ ਅਤੇ ਮੈਨੂੰ ਹਾਸਲ ਦੱਸਿਆ ਵੀ ਤੂੰ ਪਕੜਾ ਬਰੀ ਹੋ ਜਾਏਗਾ। ਇਹ ਵਚਨ ਕਰਕੇ ਅਤੇ ਸੱਚੇ ਪਾਤਸ਼ਾਹ ਇਸ ਉਹ ਸਿੱਖ ਨੂੰ ਪਤਾ ਹੈ ਜਿਹੜਾ ਕਾਲਗੋੜੀ ਪਿਆ ਬਹੁਤ ਉਦਾਸ ਰੂਪ ਵਿੱਚ ਆਪਣੇ ਸਤਿਗੁਰੂ ਨੂੰ ਯਾਦ ਕਰਦਾ ਜਾਂ ਨਹੀਂ ਵੀ ਕਰਦਾ, ਸਭ ਨੂੰ ਜਾ ਕੇ ਸਹਾਇਤਾ ਕਰਦਾ। ਜੋ ਸਿੱਖ ਨੂੰ ਪਤਾ ਜਦੋਂ ਕੋਰਟ ਦਿਸ਼ਾ ਭਾਈ ਆਇਆ ਸੀ ਉਹਨੂੰ ਪਤਾ ਮੈਨੂੰ ਕਿੰਨੀ ਖੁਸ਼ੀ ਹੋਈ ਸੀ ਸ਼ੇਰ ਤੋਂ ਬਚਣ ਦੇ। ਉਹਨੇ ਮੱਥਾ ਟੇਕਿਆ, ਇਸ ਤਰ੍ਹਾਂ ਹੀ ਉਹਦਾ ਸੱਚੇ ਪਾਤਸ਼ਾਹ ਉਤਲੇ ਜਿਹੇ ਹੋ ਕੇ ਤੇ ਉਹਨਾਂ ਨੇ ਬਿਜਲੀ ਬਾਹਰ ਬਣ ਗਿਆ। ਜੇ ਉਹ ਨਾਲ ਪਤਲੇ ਜਿਹੇ ਹੋ ਕੇ ਮਾਹੌਲ ਤਾਂ ਵੀ ਨਹੀਂ ਕਰਦੇ, ਪਰ ਉਹਨੇ ਉਸ ਤਰ੍ਹਾਂ ਪਾਇਆ ਉਹਨੂੰ ਅਤੇ ਇਹ ਘਟਨਾ ਵਾਪਰੀ ਅਤੇ ਜੇਲ੍ਹ ਦੇ ਵਿੱਚ ਭਰਤੀ ਹੋ ਗਈ, ਆਰਾਮ ਹੋ ਗਿਆ। ਕੈਦੀ ਦੌੜ ਗਿਆ, ਕੈਦੀ ਦੌੜ ਗਿਆ, ਕੈਦੀ ਦੌੜ ਗਿਆ, ਸਾਰੇ ਬੱਤੀਆਂ ਜਗਾ ਕੇ ਜਾਂ ਜੋ ਵੀ ਕੁਛ ਉਹਨਾਂ ਨੇ ਕਰਨਾ ਸੀ ਪੂਰੀ ਪ੍ਰਕਾਸ਼ ਜਿਹਦੇ ਨੂੰ ਬੇਨਤੀ ਕੀਤੀ ਸਾਰੇ ਕੈਦੀ ਪੂਰੇ ਦਿਨ ਉਹਦਾ ਉਸ ਤਰ੍ਹਾਂ ਹੀ ਕਾਰ ਦੀ ਆਵਾਜ਼ ਆਈ ਹੈ ਬਾਹਰੋਂ ਅਤੇ ਕਾਰ ਚਲੀ ਗਈ। ਮੇਰਾ ਤਾਂ ਮੰਨਣਾ ਹੈ ਕਿ ਸਭ ਸਿੱਖਣ ਕੋ ਸੁਣਦੇ ਸਭ ਸਿੱਖਣ ਕੋ ਸੁਣਦੇ ਵਿਆਹਤਾ ਪੈਸਾ ਹੈ ਸਤਿਗੁਰੂ ਪ੍ਰਤਾਪ ਸੱਚੇ ਪਾਤਸ਼ਾਹ ਇੱਥੇ ਹੀ ਨਹੀਂ ਬਸ ਮਾੜੇ ਗੁਰਦਾਸ ਸਿੰਘ ਹੋਰੀ ਸਤਿਗੁਰੂ ਪ੍ਰਤਾਪ ਸੱਚੇ ਪਾਤਸ਼ਾਹ ਦੇ ਛੋਟੇ ਭਾਈ ਉਹ ਇੱਥੇ ਹੈ ਜਿੱਥੇ ਹੋਰ ਮੰਦਰ ਹੈ ਇੱਥੇ ਜੋ ਬਿਮਾਰ ਸਨ ਸ਼ਾਇਦ ਉਹਨੂੰ ਤਬੀਅਤ ਦੀ ਤਕਲੀਫ ਸੀ ਜਦੋਂ ਅੰਦਰ ਸਮਾਇਆ ਉਹ ਸੋਚ ਨਹੀਂ ਸੀ ਰੱਖ ਦਿੰਦੇ ਪਹਿਲਾਂ ਉਹਨਾਂ ਨੇ ਕਾਂਗਰਸ ਵਿੱਚ ਬਹੁਤ ਕੰਮ ਕੀਤਾ ਹੈ ਦੇਸ਼ ਦੇ ਪਿੰਡ ਸਵੇਰੇ ਉਹ ਅੰਦਰ ਸਮਾਇਆ ਅਤੇ ਬਹੁਤ ਕਮਜ਼ੋਰ ਪਈ ਸੀ ਉਹਨਾਂ ਨੇ ਫਿਰ ਅੰਮ੍ਰਿਤ ਛਕਿਆ ਸੋਧ ਸੋਧ ਰੱਖ ਕੇ ਜੇ ਹਵਾ ਵੀ ਸਾਡੇ ਨਹੀਂ ਆਪਣਾ ਮੇਰਾ ਜਨਾਹ ਲਾ ਉਹ ਉੱਠਣ ਦੀ ਹਿੰਮਤ ਨਹੀਂ ਸੀ ਇੰਨੀ ਬਾਰੀਕੀ ਹੋ ਗਈ ਸਰੀਰ ਚੱਲਿਆ ਉਹ ਸਰੀਰ ਚੱਲਣ ਤੋਂ ਬਾਅਦ ਫਿਰ ਪ੍ਰਾਣ ਆ ਗਿਆ ਸਰੀਰ ਦੇ ਵਿੱਚ ਉਹਨਾਂ ਨੇ ਆਖਿਆ ਬਈ ਮੈਨੂੰ ਅੱਗੇ ਦਰਗਾਹ ਵਿੱਚ ਜਾਣਾ ਨਹੀਂ ਮਿਲਦਾ ਗੁਰੂ ਪ੍ਰਤਾਪ ਸਿੰਘ ਦੇ ਹੁਕਮ ਤੋਂ ਮਿਲਦਾ ਫਿਰ ਸੱਚੇ ਪਾਤਸ਼ਾਹ ਦੇ ਕੋਲ ਅਰਜ਼ੀ ਕੀਤੀ ਮੇਰੀ ਬਖਸ਼ਬੰਦੀ ਕਰੋ ਮੈਂ ਤੁਹਾਨੂੰ ਉਹਨਾਂ ਨੇ ਦੱਸਿਆ ਬਈ ਉਹਨਾਂ ਨੇ ਆਖਿਆ ਮੇਰੇ ਇੱਕ ਤਾਂ ਕਲੇਜੇ 'ਤੇ ਆਪਣਾ ਚੈਨਲ ਰੱਖੋ ਸੱਚੇ ਪਾਤਸ਼ਾਹ ਇਹ ਕਰਕੇ ਸੰਗ ਦੇ ਨਾਂ ਰੱਖਣ ਤਾਂ ਉਹ ਰਾਖੇ ਕਿਉਂ ਨਹੀਂ ਰੱਖਦੇ ਸ਼ਾਇਦ ਭਗਵਾਨ ਨੇ ਰੱਖਿਆ ਥੋੜ੍ਹੇ ਸਮੇਂ ਬਾਅਦ ਮੈਂ ਮਤਲਬ ਅੱਗੇ ਜਾ ਕੇ ਵੀ ਸਹਾਇਤਾ ਸਹੂਲਤ ਸ਼ੁਰੂ ਕਰਦੇ ਨੇ ਅਤੇ ਇਹ ਬਾਣੀ ਦੀ ਸਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਆਪਣੇ ਉਦੇਸ਼ ਪੜ੍ਹੀ ਲਣ ਕਰ ਲਏ ਸਭ ਦਿਲ ਸਸਾਸ ਮੈਂ ਵੜਨ ਘਟਣ ਤੇ ਰਸਾਸ ਜਿਨ ਦਿਨਾਂ ਨੇ ਵਾਧਾ ਘਟਾ ਰੱਖਾ ਕਰਨ ਕਰਦਾ ਸੂ ਪਿਓ ਲੇਖ ਨੂੰ ਮੇਟ ਚੁਕੋ ਨਹੀਂ ਹੋ ਕਹਿ ਲਓ ਦੁਬਾਰਾ ਕਰਨਾ ਹਾਰ ਨਾ ਲਣ ਕਰ ਲਏ ਸਭ ਦਿਲ ਸਸਾਸ ਮੈਂ ਵੜਨ ਘਟਣ ਤੇ ਰਸਾਸ ਜੀਵਨ ਲੋੜਿਆ ਧਰਮ ਹੋ ਨਾਨਕ ਫਿਰ ਦੁਬਾਰ ਮੈਂ ਨਮਰਦਾਰ ਮੁਖਤਿਆਰ ਸਿੰਘ ਨੂੰ ਆਖਿਆ ਜੀ ਬਈ ਵੀ ਕੱਲ੍ਹ ਨੂੰ ਬੰਦੇ ਲੈ ਆਓ ਵੀਹ ਪੰਜੀ ਜਿੰਨੇ ਕੁ ਲਿਆ ਸਕਦੇ ਵੱਧ ਤੋਂ ਵੱਧ ਅਤੇ ਅੰਗੂਰ ਅੰਗੂਰਾਂ ਦਾ ਵੀ ਸੇਵਾ ਉੱਥੇ ਕਰਨੀ ਹੈ ਵੀ ਅੱਗੇ ਤੁਸੀਂ ਜਦੋਂ ਕਣਕ ਵੱਢੀ ਦੀ ਸੀ ਕਣਕ ਕੱਢੀ ਦੀ ਸੀ ਉਦੋਂ ਕਿੰਨੇ ਕਿੰਨੇ ਬੰਦੇ ਪਿੰਡਾਂ ਦੇ ਆ ਜਾਂਦੇ ਪੰਜਾਬ ਦੇ ਸੈਕਟਰ ਬੰਦੇ ਵੀ ਆ ਜਾਂਦੇ ਸਨ ਧੁੱਪੇ ਕੰਮ ਕਰਨਾ ਮਿਲਦੇ ਉੱਥੇ ਛਾਵੀਂ ਕਹਿੰਦਾ ਕਿੰਨੇ ਕੁ ਵਜੇ ਆਈਏ ਮੈਂ ਸਵੇਰੇ 6:30 ਵਜੇ 7 ਵਜੇ ਆ ਜੇ ਕਹਿੰਦਾ ਇੰਨੇ ਵਜੇ ਦੌੜਦੇ ਹੀ ਨੇ ਮਖਾ ਵੈਸੇ ਇਹ ਗੱਲ ਮੰਨਣ 'ਚ ਨਹੀਂ ਆਉਂਦੀ ਵੀ ਪਾਣੀ ਲੱਗਦਾ ਹੋਵੇ ਨਾ ਦੀਵਾਲੀ ਜੀ ਪਾਣੀ ਦੀ ਅਤੇ ਉਦੋਂ ਬਹੁਤ ਸਰਦੀ ਉੱਠ ਕੇ ਆ ਜਾਂਦੇ ਨੇ ਅਤੇ ਰਾਤ ਨੂੰ ਸਿਆਲ ਦੀ ਰਾਤਾਂ 'ਚ ਬਾਹਰ ਲੁੱਤੇ ਰਹਿੰਦੇ ਸਾਰੇ ਇਹ ਜਦੋਂ ਇਹ ਗੱਲ ਮੈਂ ਸੁਣਾ
ਵਧਾਓ ਵਧਾਓ ਵਾਲੀ ਹੋਰ ਜੋਰ ਨਾਲ। ਜਦੋਂ ਮੈਂ ਇਹ ਗੱਲ ਸੁਣਦਾ ਨਾ ਵੀ ਮੇਰੀ ਉੱਠਦੀ ਇੰਨੇ ਵਜੇ ਨੇ ਤਾਰਨ ਦੀ, ਮੈਨੂੰ ਸੱਚੀ ਗੱਲ ਬਹੁਤ ਖੰਡ ਆਉਂਦੀ ਹੈ ਗੱਲ। ਜੇ ਤੁਸੀਂ ਦੱਸੋ ਵੀ ਆਪਾਂ ਸਾਰਿਆਂ ਨੂੰ ਆਉਣੀ ਚਾਹੀਦੀ ਕਿ ਮੈਨੂੰ ਪਹਿਲੇ ਨੂੰ ਆਉਣੀ ਚਾਹੀਦੀ, ਮੈਂ ਇਕੱਲਾ ਭਾਰ ਕਿਵੇਂ ਚੁੱਕਾਂਗਾ ਇੰਨੀ ਸੰਗ ਦਾ? ਜੇ ਆਪਾਂ ਸਾਰੇ ਇਕੱਠੇ ਹੋ ਕੇ ਚੁੱਕ ਲਈਏ ਨਾ ਭਾਰ ਸੰਗ ਦਾ, ਤਾਂ ਫਿਰ ਮੇਰਾ ਬਚਾਅ ਹੋ ਜਾਏਗਾ ਕੁਛ ਨਾ ਕੁਛ। ਅਤੇ ਮੈਂ ਤੁਹਾਨੂੰ ਇਹ ਅਰਜ਼ ਕਰਾਂਗਾ ਵੀ ਮੰਨੀ ਜਾਣੀ ਜਾਂ ਨਾ ਮੰਨੀ ਜਾਣੀ, ਅਤੇ ਉਹ ਮੈਂ ਕਹਿੰਦੀ ਮੇਰੇ 'ਤੇ ਨਿਰਭਰ ਕਰਦੀ ਵੀ ਮੇਰੀ ਇੰਨੀ ਗੱਲ ਤਕਲੀਫ ਨਹੀਂ ਵੀ ਜਿਹੜਾ ਮੈਂ ਮਨਾ ਸਕਾਂ। ਪਰ ਮੈਂ ਤੁਹਾਨੂੰ ਇਹ ਅਰਜ਼ ਕਰਦਾ ਵੀ ਜਿਸ ਮੌਸਮ ਸੂਰਜ ਜਿੰਨੇ ਵਜੇ ਚੜ੍ਹਦਾ ਉਹਨੂੰ 3 ਘੰਟੇ ਪਹਿਲਾਂ ਜ਼ਰੂਰ ਉੱਠਿਆ ਕਰੋ। ਕੋਈ ਦਮ ਹੋਵੇ, ਸਾਫ ਮਿਲਿਆ ਹੋਵੇ, 7 ਵਜੇ ਹੋਵੇ, ਇਹ ਨਾ ਪੰਜਾਬ ਸਗਰੇ ਹੋ ਉਦਮ ਕਰੋ। ਸਗੂ ਗੁਰਦਾਸ ਮਿੱਤੇ ਪਾਸ਼ਾ ਜੀ ਨੇ ਸਾਨੂੰ ਦਰਸਾਇਆ, ਉਹਦੇ ਉੱਤੇ ਵਾਰ ਵਾਰ ਇਸ ਵਜੇ ਸਰਵਾਂ ਨੇ ਕੀਤਾ। ਸਗੂ ਰਾਮ ਦੇ ਗੁਣਾਵਾਂ 'ਚ ਵਾਰ ਵਾਰ ਇਹ ਗੱਲ ਆਈ। ਮੈਂ ਹੁਣ ਇਹ ਉਠਾ ਕੇ ਨਹੀਂ ਤੁਹਾਨੂੰ ਪੁੱਛਦਾ ਵੀ ਕਿੰਨੇ ਜਾਣੇ ਉੱਠਿਆ ਕਰੋਗੇ 3 ਘੰਟੇ ਪਹਿਲਾਂ, ਮੇਰੇ ਤੁਹਾਨੂੰ ਕੁਛ ਨਹੀਂ ਆਖਿਆ। ਹੋਰ ਵੀ ਆਪ ਨਾਲ ਪੜੋ ਜਾਂ ਆਧਾਰ ਤੁਸੀਂ ਪੜੋ ਕੋਈ ਗੱਲ ਕਰੋ, ਫਿਰ ਵੀ ਕੋਈ ਗੱਲ ਆ ਕੇ ਪੈਸ਼ ਕਰਨ ਵਾਸਤੇ ਕਰਕੇ ਉੱਠ ਕੇ ਧਿਆਨ ਕਰਕੇ ਜੇ 3 ਘੰਟੇ ਸੂਰਜ ਤੋਂ ਪਹਿਲਾਂ ਉੱਠੋਗੇ ਨਾ, 1 ਘੰਟਾ ਤੁਹਾਨੂੰ ਨਹਾਉਂਦਿਆਂ ਲੱਗ ਜਾਣਾ, 2 ਹੀ ਘੰਟੇ ਰਹਿ ਜਾਣਗੇ। ਅਤੇ ਗੁਰੂ ਪ੍ਰਸਾਦ ਨੇ ਸੱਚੇ ਪਾਤਸ਼ਾਹ ਦੇ ਉਦੇਸ਼ 'ਚ ਰਿਕਾਰਡ ਹੋਇਆ ਵੀ ਤੁਸੀਂ ਨਾਮ ਜਪ ਕੇ ਦੇਖੋ ਤੁਹਾਡਾ ਧਨ ਕਿੰਨਾ ਵੱਧਦਾ। ਔਰ ਖਾਦਾਂ ਤੁਸੀਂ ਪਾਉਂਦੇ ਹੋ, ਖਾਦ ਪਾ ਕੇ ਇੰਨੀ ਖੇਤੀ ਹੋ ਜਾਂਦੀ, ਖਾਦਾਂ ਨਾਲ ਕਈ ਵਾਰ ਫਸਲਾਂ ਉਹ ਨਹੀਂ ਗਲ ਜਾਂਦੀਆਂ। ਤੁਸੀਂ ਤੁਹਾਨੂੰ ਯਾਦ ਪਿੱਛੇ ਜੇ ਇੱਕ ਵਾਰ ਸਾਲ ਹੋਏ ਚੇਤਾ ਨਹੀਂ ਜਿਹੜੇ ਸਾਲ ਦੀ ਗੱਲ, ਉਦੋਂ ਹਵਾਈ ਜਹਾਜ਼ ਆਏ ਸਨ ਨਰਮਿਆਂ 'ਤੇ ਸਪਰੇਆਂ ਕਰਨ ਵਾਸਤੇ, ਅਤੇ ਬੜੇ ਦੁਖੀ ਹੋਏ ਸਨ ਲੋਕ ਵੀ ਸਪਰੇਆਂ ਨਾਲ ਸਾਡੇ ਨਰਮੇ ਖਰਾਬ ਹੋ ਜਾਂਦੇ, ਅਤੇ ਉਹਨਾਂ ਨੇ ਕੰਪਨੀਆਂ ਨੇ ਪੈਸੇ ਲਏ ਨਾ, ਉਹਨਾਂ ਨੇ ਕਰਨਾ ਹੀ ਸੀ। ਅਤੇ ਉਹ ਕੰਮ 'ਤੇ ਚੱਲ ਲੈਂਦੇ ਉਸਨੇ ਵੀ ਇਹ ਪਾਸੇ ਦੁਰੋਹ ਲੜਾਈਆਂ ਝਗੜੇ ਹੋਰ ਫਸਾਦ ਸਾਡੇ ਗੱਲ ਐਵੇਂ ਵਾਧੂ ਪਈ ਜਾਂਦੇ ਨੇ। ਭਜਨ ਬਾਣੀ ਕਰੋ ਤਗੜੇ ਹੋ ਕੇ, ਮੇਲ ਮੇਲ ਤਗੀ ਗੁਣ ਕਹੋ ਮੇਰੇ ਕੰਮ 'ਤੇ, ਮਿਲ ਮਿਲ ਕੇ ਲੜਾਈਆਂ ਝਗੜੇ ਨਾ ਕਰੋ, ਇਹ ਕੰਮ ਕਰੋ। ਹੁਣ ਇਹ ਮੈਂ ਤੁਹਾਨੂੰ ਗੱਲ ਆਖੀ ਹੈ ਨਾ, ਇਹ ਬਹੁਤ ਵਧੀਆ ਗੱਲ ਆਖੀ ਗਈ ਹੈ। ਮੈਂ ਵੀ ਉਦੋਂ ਯਾਦ ਕਰਦਾ ਸਗੁਰਾਂ ਦੀ ਕਿਰਪਾ ਹੋਵੇ, ਚੰਗੀ ਗੱਲ ਆਖਣ ਦੀ, ਚੰਗੀ ਗੱਲ ਸੁਣੀ ਵੀ ਉਦੋਂ ਯਾਦ ਕਰਦੀ ਸਗੁਰਾਂ ਦੀ ਕਿਰਪਾ ਹੋਵੇ, ਨਹੀਂ ਤਾਂ ਹੋਰ ਪਾਸੇ ਦੀ ਗੱਲਾਂ ਆਪਾਂ ਕਰਦੇ ਰਹਿੰਦੇ। ਹੁਣ ਵਿੱਚੋਂ ਜਰਬਾਣੀ ਚੱਕ ਕੇ ਸਾਧਨ ਦੇ ਬਾਈਆਂ ਵੀ ਸਿੰਘ ਵੀ ਜਿੰਨੇ ਸਰੀਰ ਜਾ ਸਕਦੇ ਨੇ ਬੱਠੇ ਦੇ ਨਾਲ, ਮਨੋਰਥ ਬੱਠੇ ਦੇ ਨਾਲ ਅੰਗੂਰਾਂ ਦਾ ਬਾਗ ਜਿਹੜਾ ਉੱਥੇ ਕਿਰਪਾ ਕਰਕੇ ਚੱਲਾਂ, ਜਿਹੜਾ 1 ਘੰਟਾ 1.5 ਘੰਟਾ ਦਿਨ ਹੈਗਾ ਉੱਥੇ ਕਿਰਪਾ ਕਰਕੇ ਸੇਵਾ ਕਰ ਰਿਹਾ, ਬਾਕੀ ਗੱਲ ਉੱਥੇ ਜਾ ਕੇ ਕਰ ਲਵਾਂਗੇ। ਅਤੇ ਗੱਲ ਹੀ ਤਿਆਰ ਖੜੋਤੀ ਹੈ, ਜੇ ਇਸ ਤਰ੍ਹਾਂ ਤੁਸੀਂ ਕਰ ਲਓ ਵੀ ਮਾਈਆਂ ਰਾਲੀ ਦੇ ਚਲੀਆਂ ਜਾਣ, ਸਿੰਘ ਪੈਦਲ ਤੁਰੇ ਜਾਣ, ਸਿੰਘ ਮਾਈਆਂ ਛੱਡ ਕੇ ਟਰਾਲੀ ਵਾਪਸ ਆ ਜਾਵੇ, ਦੋ ਸਿੰਘਾਂ ਨੂੰ ਫਿਰ ਲੈ ਜਾਵੇ। ਜੇ ਇਸ ਤਰ੍ਹਾਂ ਕਰਨਾ ਜਿਸ ਤਰ੍ਹਾਂ ਆਪਣੀ ਜੀਤਾਂ ਦੀ ਉਸ ਤਰ੍ਹਾਂ ਕਰ ਲਓ, ਸਗੜੇ ਹੋ ਕੇ ਉਸ ਨੂੰ ਕਰੋ ਅਤੇ ਸੇਵਾ ਕਰੋ ਚੜ ਕੇ। ਮੈਂ ਅੱਗੇ ਵੀ ਕਈ ਵਾਰ ਆਖਿਆ, ਮੈਂ ਉਧਰੋਂ ਪੰਜਾਬ ਵੱਲੋਂ ਨਾ ਮੁੰਡੇ ਕੁਛ ਜਾਂਦੇ ਨੇ ਦਿੱਲੀਆਂ ਨੂੰ ਗੁਰਾਂ ਦੇ ਬਾਰੇ ਜਾ ਆ ਜਾਵੇ, ਉਹ ਬਹੁਤ ਵਧੀਆ ਕੰਮ ਹੈ ਸਗੁਰਾਂ ਦੀ ਕਿਰਪਾ ਨਾਲ। ਉਸਨੇ ਇਸ ਇਲਾਕੇ ਬਾਰੇ ਜੇ ਸਿੰਘ ਜੇ ਪਲੀਸ ਸਮਝੋ ਤੁਹਾਡੇ ਕੰਮ ਦਾ ਸਾਥ ਹੈ ਨਾ ਹੁੰਦਾ ਹੋਵੇ, ਜੇ ਗੁਰਾਂ ਵਾਲੇ ਵਾਸਤੇ ਮੁੰਡੇ ਦਿਓ ਜਿਹੜੇ 10 ਮਾਤਾ ਪੜ੍ਹੇ ਹੋਣ ਅਤੇ ਦੇਖ ਕੇ ਸੇਵਾ ਕਰਨ 2 ਸਾਲ ਦੇ 3 ਸਾਲਾਂ ਦੀ ਉਹਨੂੰ ਸਮਝ ਆ ਜਾਏਗੀ। ਸਰਕਾਰ ਦੇ ਅੰਗੂਰ ਲਾਏ ਨੇ ਨਾ, 3 ਸਾਲ ਹੋ ਗਏ ਨੇ, ਅਤੇ ਹੁਣ ਅਜੇ ਸਮਝ ਆਉਣ ਲੱਗੀ ਜੇ ਪਿਛਲੇ ਸਾਲ ਪੁਰਾਣੇ ਮਹੀਨੇ 'ਚ ਆਹ ਕੰਮ ਕੀਤਾ ਹੁੰਦਾ ਤਾਂ ਅੱਜ ਨੂੰ ਇਸ ਤਰ੍ਹਾਂ ਹੋ ਜਾਣਾ, ਅਜੇ ਪੂਰੀ ਤਰ੍ਹਾਂ ਨਹੀਂ ਪਤਾ ਲੱਗਦਾ ਕਿੰਨੀ ਮਿਹਨਤ ਉਹਨਾਂ ਨੇ ਕੀਤੀ ਕਿੰਨਾ ਖਰਚਾ ਕੀਤਾ। ਦੋਸਤੋ ਨੇ ਆ ਕੇ ਸੇਵਾ ਕਰੋ, ਤੁਹਾਨੂੰ ਪਤਾ ਲੱਗੇ ਵੀ ਇਹ ਕੰਮ ਕਿੰਨਾ ਫਾਇਦੇ ਵਾਲਾ। ਅਤੇ ਉਹਦੇ 'ਚ 8 ਮੁੰਡੇ 10 ਮੁੰਡੇ ਜਿਹਨੇ ਤੁਸੀਂ ਦੇ ਸਕਦੇ ਹੋ, 10-10 ਜਮਾਤਾਂ ਪੜ੍ਹੇਗਾ, ਟੇਕ ਕੇ ਕੰਮ ਕਰਨੇ ਨਾ ਹੋਵੇ ਵੀ ਅੱਜ ਮੈਂ ਜੀ ਫਰਾਂਸਾ ਜਾਣਾ, ਸੱਦੇ ਜਾਣਾ, ਇਸ ਤਰ੍ਹਾਂ ਨਾ ਕਰ, ਬੇ ਕੰਮ ਨਹੀਂ ਹੁੰਦਾ। ਉਦੋਂ ਪੰਜਾਬ 'ਚੋਂ ਜਾਣਾ ਮੁੰਡੇ ਜੇ ਤੁਸੀਂ ਠੀਕ ਸਕਦੇ ਇਸ ਤਰ੍ਹਾਂ ਕਰ ਲਓ। ਹੁਣ ਤੁਸੀਂ ਮਾਈਆਂ ਕਿਰਪਾ ਕਰਕੇ ਟਰਾਲੀ 'ਚ ਬਹਿ ਜਾ ਅਤੇ ਟਰਾਲੀ ਵਾਲੇ ਛੱਡ ਕੇ ਵਾਪਸ ਸਿੰਘਾਂ ਨੂੰ ਆ ਕੇ ਲੈ ਜਾ, ਇਹ ਉਹਨਾਂ ਦਾ ਧੰਨਵਾਦ ਹੈ। ਵਿਆਹਾਂ ਸ਼ਾਦੀਆਂ ਦੇ ਉੱਤੇ ਵੀ ਜਿਹੜੇ ਅਜੇ ਪ੍ਰੋਗਰਾਮ ਹੁੰਦੇ ਨੇ, ਮਰਨੇ ਅਤੇ ਪਰਨੇ ਦੋਵੇਂ ਥਾਂ ਹੁੰਦੇ ਨੇ, ਇਹ ਜੇ ਸਬਰਾਂ ਦੇ ਹੁਕਮ ਨੇ ਨਾ, ਉਸ ਤੋਂ ਬਿਨਾਂ ਹੋਰ ਕੁਛ ਨਾ ਕਰਿਆ ਕਰੋ। ਜਿਸ ਆਦਮੀ ਨੂੰ ਸਰੀਰਕ ਤਕਲੀਫ ਹੋਵੇ ਨਾ, ਉਹਨੂੰ ਤਾਂ ਜੰਗਲ ਜਾਣਾ ਵੀ ਬੜਾ ਔਖਾ ਹੋ ਜਾਂਦਾ, ਬਹੁਤ ਦੇਰੀ ਕੁਛ ਕਰਨਾ ਪੈਂਦਾ। ਇਸ ਤਰ੍ਹਾਂ ਹੀ ਇਹ ਵੀ ਜਿਹੜਾ ਵਿਆਹ ਅਤੇ ਚੜ੍ਹਾਈ ਕਰਨਾ ਵੀ, ਉਹ ਵੀ ਜਿਹਨਾਂ ਨੂੰ ਜਿਹਨਾਂ ਦੀ ਸਿਹਤ ਠੀਕ ਰਹਿਣਾ ਹੋਵੇ, ਮਾਮਿਆਂ ਦੇ ਦੇਖੋ, ਭਣੇਵਿਆਂ ਦੇ ਦੇਖੋ, ਫਲਾਣਿਆਂ ਦੇ ਦੇਖੋ, ਉਹਦੇ ਦਿੱਤੇ ਨੇ ਉਹਦੇ ਨਹੀਂ ਦਿੱਤੇ, ਉਹਨੇ ਫਲਾਣੇ ਦੇ ਦਿੱਤੇ ਨੇ, ਫਲਾਣਾ ਮੇਰੇ ਫਲਾਣੇ ਵਿਆਹ 'ਤੇ ਆਇਆ, ਜਿੰਨੀ 'ਤੇ ਆਇਆ, ਸਾਰਾ ਤੁਹਾਨੂੰ ਦੇ ਰੂਪ 'ਚ ਆਇਆ ਕਰੋ, ਸਾਰਾ ਤੁਹਾਨੂੰ ਬੜੀ ਗੱਲ ਕਰਿਆ ਕਰੋ। ਬਹੁਤ ਵਧੀਆ ਗੱਲ ਉਹਨਾਂ ਨੇ ਕੀਤੀ ਹੈ। ਹੁਣ ਫਿਰ ਜਲ ਪਾਣੀ ਛਕੋ ਅਤੇ ਉਦੋਂ ਨੂੰ ਕਰੋ ਸਾਰੇ।
ਕਮਜ਼ੋਰੀ ਦਾ ਪੂਰਾ ਪਤਾ ਲੱਗਦਾ ਹੈ ਵੀ ਜਿਸ ਤਰ੍ਹਾਂ ਮੈਂ ਚਾਹਿਆ ਸੀ ਉਸ ਤਰ੍ਹਾਂ ਨਹੀਂ ਹੋ ਰਿਹਾ। ਮੈਂ ਫਿਰ ਤੁਹਾਨੂੰ ਹੁਣ ਇਸ ਵਾਸਤੇ ਆਖਣਾ ਵੀ ਕਿਰਪਾ ਕਰਕੇ ਮੈਨੂੰ ਨਾ ਇਸ ਵਿਆਹ ਵਿੱਚ ਸ਼ਾਮਿਲ ਕਰ ਦਿਓ ਜੀ। ਉਸ ਮਜ਼ਦੂਰੀ 'ਚ ਵਿਆਹ ਹੋਇਆ ਸੀ, ਉਹ ਇਸ ਤਰ੍ਹਾਂ ਹੋਇਆ ਸੀ, ਇਸ ਵਾਸਤੇ ਆਹ ਵੀ ਇਸ ਤਰ੍ਹਾਂ। ਮੈਂ ਅਰਵਿੰਦ ਪੁੱਛਿਆ ਸੀ ਵੀ ਜਾਨੀ ਕਿਹਨੇ ਗਾਏ ਨੇ। ਮੈਂ ਕਿਹਾ ਜੀ ਇੱਕ ਮੁੰਡੇ ਦੀ ਨਾਨੀ ਆਈ ਹੈ ਅਤੇ ਦੋ ਤਿੰਨ ਗਾਏ ਸਨ ਉਹਨਾਂ ਨੇ, ਅਤੇ ਬਾਕੀ ਚੰਡੀਗੜ੍ਹੋਂ ਅਤੇ ਹੈਦਰਾਬਾਦ ਤੋਂ, ਬਨਾਰਸ ਤੋਂ, ਸੁੰਦਰ ਨਗਰੋਂ, ਮੰਡੀ ਤੋਂ, ਲੁਧਿਆਣੇ ਤੋਂ, ਪਟਨੇ ਤੋਂ, ਅਤੇ ਹੋਰ ਪਤਾ ਨਹੀਂ ਕਿੱਥੋਂ ਕਿੱਥੋਂ ਸਾਰੇ ਮੈਨੂੰ ਤੁਸੀਂ ਯਾਦ ਆਉਣੇ ਆਏ ਨੇ। ਅਤੇ ਇਹ ਜੇ ਆ ਕੇ ਮੈਨੂੰ ਆ ਕੇ ਭੈਣ ਦਾ ਵਿਆਹ ਕਰ ਲਓ, ਉੱਥੇ ਜਿਹੜਾ ਇਹ ਗੱਲ ਪੜ੍ਹਲੀ ਹੋ ਜਾਂਦੀ ਕਾਸ਼ਟ ਹੁੰਦੀ ਹੈ ਸਾਰੀ ਗੱਲ। ਮੈਂ ਸਿਰਫ ਇਹ ਦੱਸਣਾ ਸੀ ਵੀ ਮੇਰੇ ਤੋਂ ਕਿਰਪਾ ਕਰੋ ਵੀ ਮੇਰੇ ਜੇ ਕਮਜ਼ੋਰੀ ਨਾ ਰਹੇ, ਜਿਹੜੀ ਮੇਰੀ ਘਰ ਆਖੀ ਹੈ ਉਹ ਚੱਲਦੀ ਨਹੀਂ ਜਿਹੜਾ ਚੰਗੀ ਤਰ੍ਹਾਂ। ਸਾਥ ਮੇਰੇ ਦਾਸ ਕਰੇ ਜ਼ਰੂਰ ਕਿਰਪਾ ਕਰਨ ਇਹ ਗੱਲ ਸਾਡੀ ਚੱਲੇ, ਕਿਉਂਕਿ ਦੁਨੀਆਂ ਵਿੱਚ ਵੀ ਸਰੂਰਾਂ ਵਾਲੇ ਪਰਿਵਾਰ 'ਚ ਵੀ ਅਤੇ ਦੁਨੀਆਂ 'ਚ ਵੀ ਅਸੀਂ ਠੀਕ ਰਹੀਏ। ਇਹ ਪਤਾ ਲੱਗਾ ਵੀ ਉੱਥੇ ਪੰਜਾਬ 'ਚ ਨਾ ਇਸ ਤਰ੍ਹਾਂ ਗਲਤ ਵਿਆਹ ਜਿਹੜੇ ਕਰਦੇ ਨੇ, ਅਤੇ ਆਲ ਦੇ ਦਿਨਾਂ 'ਚ ਉਹਨਾਂ ਸਾਰੇ ਜਾਨੀਆਂ ਨੂੰ ਛੱਪੜਾਂ 'ਚ ਲਿਆ ਦਿੰਦੇ ਨੇ ਲਿਆ ਕੇ, ਅਤੇ ਫਿਰ ਲੋਕਾਂ ਨਾਲ ਹੱਥ ਲਵਾ ਕੇ ਤੋਰਦੇ ਨੇ ਵੀ ਨਾ ਪੁੱਛਣਾ ਵੀ ਵਿਆਹ ਵਿਆਹ ਨਹੀਂ ਜਾਣਾ। ਆਪਾਂ ਸਗਰਾਂ ਦਾ ਗੁਣ ਮੰਨ ਲਈਏ, ਇਹ ਚੰਗਾ ਜਾਂ ਇਹੋ ਜਿਹਾ ਗੁਣਾ ਹੋਵੇ ਤਾਂ ਉਹ ਤਾਂ ਆਪਣੇ ਆਪ ਹੀ ਵੀ ਜੇ ਆਪਾਂ ਨਾ ਤੁਰਾਂਗੇ ਇਸ ਪਾਸੇ ਗੁਰੂ ਗ੍ਰੰਥ ਸਾਹਿਬ ਵਿੱਚ ਪਾਤਸ਼ਾਹ ਦੇ ਉਦੇਸ਼ ਸਰਵਣ ਕੀਤਾ, ਉਹ ਆਪੇ ਹੀ ਵੱਜ ਜਾਣਗੇ ਜਿਹੜੇ ਜੇਠ ਤੁਰਨਗੇ ਵਾਰਡ ਵੀਰਾ। ਸਾਡੇ ਬਜ਼ੁਰਗਾਂ ਨੇ ਸਫ਼ਰ ਕੀਤੀਆਂ
Thank you.
मैं सिंह
सारे सारिया गलों की फिर गल ये है कि जितना तुम जायदाद की चौपर जो सुनाई थी वही सियाना तो भगवंता हुक्म लगे कि समीक्षा जी सियाना अच्छा तो वकील बड़े सियाने ने डॉक्टर बड़े सियाने ने बहुत बहुत सियाने ने सियासतदान से बहुत ही सियाने ने पर जो सबूल ने बहुत साथ लिखा वो मुताबिक वो ही सियाना है जरा उस पास रही है जो सबूल है उन्होंने बिठा करके समझ जाए तो तुम बहुत जो नाम कर सिंह आए हैं इतने बहुत भी जो श्री आए हो जिस गुरु में तुम मानते हो वो अनुसार नाम जपना बहुत जरूरी है युग युग आपो अपना कर्म है वो देखो वेद सुना जिस तरह ये भी लिखा है कि सबसे बता सकता जगी द्वापर पूजा चार तीनों युग तीनों जड़े करके और नाम आधार ये नहीं लगता पार कैसे पाए बुरे मुखो को न गए समझाए तो ये पार की मलंग है उतो आज प्रकाश में भी गए हैं ये सारा सारा ने मैंने पढ़ू थी कि जो हुआ तू अपने भी जान तो लड़ाई झगड़ा ईसा वकीली द्वैत ये सब कुछ पीछे रह जाए ये एक होगा कर रहा है आदमी इस नाल जाने वाली जी चीज है वो पंजबाणी है हर भक्त जेड़े मेरे साध नानक तेरा काम आवत ये नाल मैं ये करना जो घर वाले जसवंत सिंह जी ये कह रहे हैं कि मैं अज तक कोई बेमजादा हम तक नहीं मौन दी तो हूँ भी कोई पासा रुपये बिल्कुल मेरे वास्ते ना जाए तो साहब ने कृपा करनी सब तो बड़ी चीज ये है उसका माता की है बहुत
दान पुण करना है, करना पर है पर मेरे गलती हो जाए तो वो जितना वाली करते हैं और अपने बिया कार्ड उठा दे, लाल कार्ड उठाओ, बात कर दो या ये सारी गेम को खत्म कर दे, पर इसलिए सारा होता है गुमान करना गुमान को बोलना है जिन्हें हाथी का ज्ञान, हाथी का ज्ञान की है, हाथी का ज्ञान यह है तो जो पानी पा रहा है पानी पा के फिर जाने बिल्कुल पीले नहीं पा रहा ये कभी हस्ती पाई है तो लह भी बनेंगे और वो पूछा बेटा करते तो फिर नहीं पा रहा है ये है नाम करना गुमान करना चाहिए मेरे बात में बहुत ध्यान रखा लोग अपने दिमान वाली कर लेते थे ना फैसला लेना सबना बहुत सारे जानवर जीव जंतु में रोग होते हैं भावना है रोग मानस पर कमजोर हैं थोड़ा है कि सबरा में घूमने लगा है धर्म कौन सा मिला है जो है करो अगले
ਵੇਲਾ ਜਿਹੜਾ ਸ਼ੁਰੂ ਕੀਤਾ ਸੀ ਪਿਛਲੇ ਸਾਲ ਤੋਂ ਹੋਲਾ ਪਹਿਲਾਂ ਹੋਲਾ ਪ੍ਰਧਾਨ ਕ੍ਰਿਸ਼ਨ ਸਿੰਘ ਜੀ ਰੀਤ ਨੇ ਕੀਤਾ ਉਹ ਇੱਕ ਬੜੀ ਵੱਡੀ ਰੀਪ ਆ ਗਏ ਉਹਨਾਂ ਨਾਲ ਜਗਤਾਰ ਸਿੰਘ ਹੋਰੀ ਇਹਨਾਂ ਨੇ ਬਹੁਤ ਵਧੀਆ ਜੋੜਾ ਕੀਤਾ ਉਹਨਾਂ ਨੇ ਆਖਿਆ ਵੀ ਨਾਲ ਹੀ ਗੱਡੀ ਲੈ ਕੇ ਦੇਣੀ ਹੈ ਦਿੱਤੀ ਸੀ ਉਹਨਾਂ ਨੇ ਤੇ ਹੁਣ ਉਹ ਹੋਲਾ ਵੀ ਉਹਨਾਂ ਹੋ ਗਿਆ ਪਿਛਲੇ ਸਾਲ ਦਾ ਐਸੀ ਫਿਰ ਜਗਤਾਰ ਸਿੰਘ ਨੇ ਮੈਨੂੰ ਟੈਲੀਫੋਨ ਕੀਤਾ ਵੀ ਤੁਹਾਨੂੰ ਦੱਸਿਆ ਨਹੀਂ ਜਿਹੜੀ ਗੱਡੀ ਬਦਲਣੀ ਉਹਦੇ ਬਾਕੀ ਪੈਸੇ ਕਿੰਨੇ ਪਾਉਣੇ ਨੇ ਉਹ ਮੈਂ ਦੱਸ ਨਹੀਂ ਸਕਿਆ ਵੀ ਇੱਥੇ ਆ ਕੇ ਉਹਨਾਂ ਨੇ ਗੱਲ ਕੀਤੀ ਫਿਰ ਪ੍ਰਧਾਨ ਕ੍ਰਿਸ਼ਨ ਸਿੰਘ ਵਾਲਾ ਨੇ ਉਹਨਾਂ ਦੇ ਪਰਿਵਾਰ ਨੇ ਉਹਨਾਂ ਨੇ ਅਗਰ ਰਾਖੀ ਜਿਹੜੀ ਉਹਨਾਂ ਦੀ ਚੰਦ ਚੰਦ ਜਾਇਦਾਦ ਹੈਗੀ ਹੈ ਉਹ ਸਾਰੀ ਲੰਗਰ ਦੀ ਹੈ ਨਾਲ ਉਹਨਾਂ ਨੇ ਆਖਿਆ ਵੀ ਕ੍ਰਿਸ਼ਨ ਸਿੰਘ ਨੇ ਆਖਿਆ ਸੀ ਮੇਰਾ ਵੀ ਸਰੀਰ ਵੀ ਇੱਥੇ ਲੱਗੇ ਸੀ ਉਹ ਆਪਣਾ ਲਾ ਰਹੇ ਨੇ ਉਸ ਤੋਂ ਬਾਅਦ ਕਮਰ ਸਿੰਘ ਨੇ ਹੋਲਾ
ਇਹਨਾਂ ਵੱਲ ਪੂਰੀ ਤਰ੍ਹਾਂ ਧਿਆਨ ਦਿਓ। ਉਹਨਾਂ ਵਾਸਤੇ ਵੀ ਤੁਹਾਨੂੰ ਬਹਿ ਕੇ ਸੋਚਣਾ ਪਏਗਾ ਵੀ ਅਸਾਂ ਉਹਨਾਂ ਨਾਲ ਕਿਵੇਂ ਵਰਤਣਾ ਕਿ ਨਹੀਂ ਵਰਤਣਾ, ਕੀ ਕੁਛ ਕਰਨਾ। ਉਹ ਇਹ ਗੱਲ ਇੱਥੇ ਪਹੁੰਚ ਹੀ ਜਾਂਦੀ ਹੈ ਵੀ ਜਾਂ ਤਾਂ ਅਸੀਂ ਉਹਨਾਂ ਵਿੱਚ ਰਲ ਜਾਈਏ ਅਤੇ ਜਾਂ ਸਾਨੂੰ ਉਹਨਾਂ ਨਾਲ ਵੱਖਰੇ ਹੋਣਾ ਪਵੇ। ਤਾਂ ਇਹ ਸਾਰੀ ਗੱਲਾਂ ਦਾ ਤੁਸੀਂ ਪੂਰਾ ਧਿਆਨ ਦਿਓ। ਇੱਕ ਕੱਲ੍ਹ ਜਿਹੜਾ ਮਾਸਟਰ ਨੇ ਹਾਰਦੇ ਉਹਨਾਂ ਨੇ ਆਖਿਆ ਸੀ ਪਹਿਲਾਂ ਜੀਤ ਕਰਦਾ ਸੀ ਮੈਂ ਉਦੋਂ ਹੀ ਹਾਰਦਿਆਂ, ਕੁਝ ਗੱਲਾਂ ਮਨ ਵਿੱਚ ਕਮਜ਼ੋਰੀਆਂ ਆਉਂਦੀਆਂ ਸਨ। ਮੈਂ ਹੁਣ ਇਹ ਅੱਜ ਕਰਦਾ ਵੀ ਸੱਚ ਭਾਈ ਕਿਰਪਾ ਕਰਨ, ਇਹ ਸਰੂਰਾਂ ਦਾ ਘਰ ਹੈ ਨਾ ਮੇਰਾ ਨਾ ਤੁਹਾਡਾ। ਬਾਕੀ ਦਾ ਕਰਦਾ ਸਰੂ ਰਾਮ ਸਿੰਘ ਜੇ ਬਾਦਸ਼ਾਹ ਦਾ ਲਘੂ ਪ੍ਰਤਾਪ ਸਿੰਘ ਨੇ ਇਹਨੂੰ ਚੰਗੀ ਤਰ੍ਹਾਂ ਚੌੜਾ ਕਰਕੇ ਖੋਲ੍ਹ ਕੇ ਰੱਖਿਆ। ਬਚਪਨ ਦੀ ਸਾਰਿਆਂ ਦੀ ਹੈ, ਪਰ ਜਿਹਨਾਂ ਨੇ ਕੋਈ ਗਲਤ ਵਿਆਹ ਜਾਂ ਲੈਣਾ ਦੇਣਾ ਕਿਸੇ ਦਾ ਉਹ ਉਹਦੇ ਮੁਤਾਬਕ ਉਸ ਤਰ੍ਹਾਂ ਹੀ ਹੋਵੇਗਾ, ਉਹ ਨਿਬੜਨਾ ਪਵੇਗਾ ਆਪਸ ਵਿੱਚ। ਬਾਕੀ ਗੱਲ ਜਿਹੜੀ ਹੈ ਸਾਰਿਆਂ ਵਾਸਤੇ ਬਚਪਨ ਦੀ ਹੈ। ਜੋ ਬੋਲੇ ਪੂਰੇ ਮਹੀਨੇ ਤੱਕ ਜਿਹੜੇ ਨੌਜਵਾਨ ਬੱਚੇ ਇੱਥੇ ਪ੍ਰਯੋਗ ਵਿੱਚ ਰਹਿਣਗੇ ਉਹਨਾਂ ਦੇ ਨਾਂ ਆਉਣੇ ਚਾਹੀਦੇ ਨੇ। ਅਤੇ ਇੱਥੇ ਚੀਜ਼ ਦੂਸਰਾ ਇਹ ਕਿ ਜਿਹੜੇ ਵੀ ਵੱਡੀ ਉਮਰ ਦੇ ਵੀ ਨੇ ਅਸੂ ਦੇ ਮੇਲੇ ਤੱਕ ਆ ਕੇ ਦੱਸਣਗੇ ਅਸਾਂ ਅਸੀਂ ਅੱਗੇ ਇੱਕ ਘੰਟਾ ਨਾਮ ਜਪਨੇ ਸਾਂ ਕਰਦੇ ਉਹ ਤੁਹਾਨੂੰ ਸ਼ੁਰੂ ਕਰਦਾ। ਜਿਹੜੇ ਇੱਕ ਘੰਟਾ ਕਰਦੇ ਨੇ ਉਹ ਇਹ ਆਖਣ ਵੀ ਅਸੀਂ ਦੋ ਘੰਟੇ ਜਾਂ ਚਾਰ ਘੰਟੇ ਕਰਨਾ ਸ਼ੁਰੂ ਕਰ ਦਿੱਤਾ। ਜਿਹੜੇ ਦੋ ਚਾਰ ਘੰਟੇ ਕਰਦੇ ਨੇ ਉਹ ਇਹ ਦੱਸਣਗੇ ਅਸੀਂ ਅੱਠ ਘੰਟੇ ਸ਼ੁਰੂ ਕਰ ਦਿੱਤਾ। ਮੈਨੂੰ ਗੱਲ ਅੱਗੇ ਵੀ ਤੁਹਾਨੂੰ ਮੈਂ ਦਿੱਤੀ ਹੋਵੇਗੀ। ਇੱਕ ਸਾਡੀ ਜਿਹੜੀ ਇੱਕ ਕਿਰਪਾ ਸਭਨਾ ਦੀ ਜਾ ਹੈ ਨਾ ਉਹ ਅਮਰੀਕਾ ਦੇ ਜਾ ਕੇ ਹੋ ਜਾਂਦੀ ਹੈ। ਜਿਦੋਂ ਦੀ ਵਾਰੀ ਮਸਾਰੂ ਨੇ ਉੱਥੇ ਉਹ ਪਹਿਲਾਂ ਮੈਨੂੰ ਉਹਨਾਂ ਨੇ ਆਖਿਆ ਵੀ ਮੇਰੇ ਪਰਿਵਾਰ ਨੂੰ ਬਣਾ ਕੇ ਅਗਰ ਉਹ ਚੰਗ ਛੇ ਘੰਟੇ ਨਾਮ ਨੂੰ ਜ਼ਰੂਰ ਕਰੇਗਾ। ਉਹ ਵਿਆਹ ਕਰਦੇ ਨੇ ਵਿਹਲੇ ਨਹੀਂ ਨਾਮਦਾਰੀ ਸੰਗਤ ਦੇ ਖਜ਼ਾਨੇ ਦਾ ਕੰਮ ਲਵਾਉਂਦੇ ਨੇ ਆਪਣਾ ਬੀਜੀ ਦਾ ਜਾਂ ਹੋਰ ਜਿਹੜਾ ਵਿਹਾਰ ਉਹਨਾਂ ਦਾ ਕਰਦੇ ਘਰ ਦਾ ਉਹ ਵੀ ਕਰਦੇ ਨੇ। ਅਗਰ ਉਦੋਂ ਅਗਲੇ ਸਾਲ ਆਖਣਗੇ ਇਹ ਗੱਲ ਵੀ ਨਾ ਠੀਕ ਨਹੀਂ ਹੈਗੀ ਤਾਂ ਅੱਠ ਘੰਟੇ ਦਾ ਕਰੀਏ ਤੇ ਦਿਹਾੜੀ ਤਾਂ ਨਹੀਂ ਪੂਰੀ ਹੁੰਦੀ। ਅੱਠ ਘੰਟੇ ਦੀ ਦਿਹਾੜੀ ਅੱਜ ਕੱਲ੍ਹ ਗਿਣੀ ਜਾਂਦੀ ਹੈ। ਉਹਨਾਂ ਨੇ ਇਹ ਕੰਮ ਸ਼ੁਰੂ ਕੀਤਾ। ਇੱਕ ਬੁੱਧ ਰਾਮ ਜੀ ਅਤੇ ਵੀਰ ਚੰਦ ਜੀ ਗਾੜੀ ਕਿਸਾਂ ਵਾਲੇ ਦਿਨ ਵੈਸੇ ਰਾਜਸਥਾਨ ਖਾਨੇ ਤੋਂ ਉੱਥੇ ਗੰਗਾ ਨਹੀਂ ਵੱਜਦੇ ਦੇਣਾ ਉਹ ਵੀ ਇਸ ਲਈ ਅੱਠ ਅੱਠ ਘੰਟੇ ਨਾਮ ਸਿਮਰਨ ਕਰਦੇ ਹਨ ਅਤੇ ਵਿਆਹ ਵੀ ਆਪਣਾ ਕਰਦੇ। ਇਹ ਤਾਂ ਅਸੀਂ ਵੇਖਦੇ ਹਾਂ ਕਿ ਫਲਾਣਾ ਆਦਮੀ ਬੜੇ ਪੈਸੇ ਕਮਾਉਂਦਾ ਫਲਾਣੇ ਗਲਤ ਵਿਆਹ ਕਰ ਰਿਹਾ ਜੇ ਮੈਂ ਕਰਨਾ ਤਾਂ ਕੀ ਹੋ ਜਾਏਗਾ। ਲੇਕਿਨ ਇਹ ਨਹੀਂ ਵੇਖਦੇ ਕਿ ਇਹਨੇ ਬੰਦੇ ਜਿਹੜੇ ਅੱਠ ਅੱਠ ਘੰਟੇ ਨਾਮ ਸਿਮਰਨ ਕਰਦੇ ਨੇ ਅਤੇ ਮੈਂ ਵੀ ਉਸ ਤਰ੍ਹਾਂ ਕਰਾਂ। ਨੀਵੇਂ ਪਾਸੇ ਨੂੰ ਜਾਂਦੇ ਹਾਂ ਇਹ ਪਾਸੇ ਨੂੰ ਜਾਣ ਦੀ ਕਰਦਾ। ਜਿਹੜੇ ਸਾਧ ਸੰਗਤ ਵਾਲੇ ਪੈਸੇ ਪਾਸੇ ਪੈਸਾ ਲਾਉਂਦੇ ਨੇ ਉਹਨਾਂ 'ਚ ਸਗੁਰਾਂ 'ਚ ਬੜੀ ਕਿਰਪਾ ਹੈ। ਸਗੁਰ ਕਿਰਪਾ ਕਰਨ ਸਾਧ ਸੰਗਤ ਨੂੰ ਬਹੁਤ ਬਹੁਤ ਪੈਸੇ ਦੇਣ, ਪਰ ਉਹ ਪੈਸਾ ਕੋਈ ਕਰਜ਼ੇ ਦਾ ਖਰਚ ਨਾ ਹੋਵੇ, ਕੋਈ ਸਿਨੇਮਿਆਂ 'ਤੇ ਖਰਚ ਨਾ ਹੋਵੇ, ਕੋਈ ਬਾਦ ਸ਼ਰਾਬ 'ਤੇ ਗਾੜੀ ਅਮਰਨ 'ਤੇ ਖਰਚ ਨਾ ਹੋਵੇ, ਉਹ ਪੈਸਾ ਸਾਧ ਸੰਗਤ 'ਚ ਖਰਚ ਹੋਵੇ। ਹੁਣ ਅਗਲੇ ਅਸੂ ਦੇ ਮੇਲੇ ਤੱਕ ਪ੍ਰਬੰਧ ਕਰਨਗੇ ਅਤੇ ਸਾਧ ਸੰਗਤ ਆਪੋ ਆਪਣੇ ਘਰਾਂ 'ਚ ਪਿੰਡਾਂ 'ਚ ਜਿੱਥੇ ਜਾਓ ਉਹਨਾਂ ਆਪੋ ਕੱਲ੍ਹ ਬੁਲਾ ਰਹੇ ਬਈ। ਇਹ ਛੇ ਮਹੀਨੇ ਬੜੇ ਨੇ ਤੂੰ ਪਹਿਲੇ ਮੇਰੇ ਲੈ ਜਾਣਾ ਕੱਲੇ ਕਿਸਾਨ ਚਪਾਨਾ ਵਾਲੇ ਰੋਜ਼ ਸਾਨੂੰ ਕਿਸੇ ਘੱਟੋ ਘੱਟ ਇਨਾਮ ਦੇ ਦਿਓ ਪਹਿਲਾਂ ਇਹ ਅਸੂ ਦੇ ਮੇਲੇ ਤੱਕ ਪੂਰੀ ਤਿਆਰੀ ਹੋਵੇ। ਬੀਬੀਆਂ ਗੋਤਾਂ ਕਰਨੀ ਕਰਦੇ ਅਤੇ ਜੁੜੇ ਕਰਿਆ ਕਰ ਜਿੰਨਾ ਕੁ ਸਗੋਂ ਕਿਰਪਾ ਕਰਦੇ ਜਿਹੜੀ ਜਿੰਨੀ ਚੰਗੀ ਗੱਲ ਹੁੰਦੀ ਹੈ ਨਾ ਉਹ ਸਗੋਂ ਦੀ ਕਿਰਪਾ ਨਾਲ ਹੁੰਦੀ ਹੈ, ਜਿੰਨੀ ਮਾੜੀ ਗੱਲ ਹੁੰਦੀ ਹੈ ਉਹ ਸਾਡੀ ਆਪਣੀ ਗੱਲ ਨਾਲ ਹੁੰਦੀ ਹੈ। ਇਹ ਗੱਲ ਪੂਰੀ ਤਰ੍ਹਾਂ ਸਮਝ ਕੇ ਤੁਰਨਾ ਚਾਹੀਦਾ। ਮੈਂ ਇਹ ਵੀ ਅੱਜ ਕਰਕੇ ਆਪ ਤੋਂ ਆ ਗਿਆ।